ਹਾਂਜੀ ਕਿੱਦਾਂ ਸਾਰੇ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਆਪਣਾ ਘਰ ਕਿੱਥੇ ਆਪਾਂ ਰਹਿੰਦੇ ਹਾਂ ਕਿੱਦਾਂ ਦਾ ਹੈਗਾ ਕੀ ਮਾਹੌਲ ਸਹੌਲ ਆ ਠੀਕ ਆ ਠੀਕ ਨਹੀਂ ਹੈਗਾ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ ਹੈਗਾ ਹਨਾ ਦੇਖ ਲਓ ਆਲੇ ਦੁਆਲੇ ਕਿੱਦਾਂ ਦਾ ਏਰੀਆ ਬਹੁਤ ਜ਼ਿਆਦਾ ਸੋਹਣਾ ਕੁਆਇਟ ਏਰੀਆ ਜਿਹੜਾ ਬੇਸਿਕਲੀ ਹੈ ਨਾ ਆਹ ਆਹ ਜਿਹੜਾ ਆਹ ਘਰ ਨਹੀਂ ਆਹ ਘਰ ਜਿਹੜਾ ਇਹ ਘਰ ਆਪਣਾ ਆਹ ਪਤਾ ਨਹੀਂ ਕੌਣ ਆ ਰਿਹਾ ਹੈ ਨਾ ਚਿੱਟਾ ਜਿਹਾ ਬੰਦਾ ਆ ਰਿਹਾ ਵਿੱਚ ਦੇਖ ਕੇ ਮਾੜਾ ਜਿਹਾ ਬਚ ਕੇ ਥੋੜ੍ਹਾ ਜਿਹਾ ਹੈ ਨਾ ਆਲੇ ਦੁਆਲਿਓ ਕੋਈ ਚੱਕਰ ਨਹੀਂ ਡੋਂਟ ਨੋ ਪ੍ਰੋਬਲਮ ਡਾਰਲਿੰਗ ਯੂ ਕੈਨ ਕੈਰੀ ਔਨ ਜਸਟ ਮੇਕਿੰਗ ਵੀਡੀਓ ਅਤੇ ਕੱਬੀ ਆ ਨਾ ਅੱਛਾ ਆਹ ਘਰ ਆਪਣਾ ਵਿਆਹ ਵੀ ਦੇਖ ਕੇ ਕਿੱਦਾਂ ਦਾ ਦੱਸਿਓ ਮੈਨੂੰ ਹੈ ਨਾ ਅੰਦਰ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਦਾ ਮਾਹੌਲ ਆ ਕਿੱਦਾਂ ਦਾ ਨਹੀਂ ਆਹ ਆਪਣੀ ਮਤਲਬ ਕਿ ਇਹ ਮੇਰੇ ਭਰਾ ਦੀ ਗੱਡੀ ਆ ਆ ਜਾਓ ਘਰ ਦਾ ਨੰਬਰ ਨਹੀਂ ਦਿਖਾਉਣਾ ਓਏ ਦਿਖਾਉਣਾ ਨਹੀਂ ਘਰ ਦਾ ਨੰਬਰ ਮਜ਼ਾਕ ਕਰਦਾ ਯਾਰ ਆ ਜਾਓ ਘਰੇ ਜਾਣਾ ਮੇਰਾ ਵੀਰ ਬੂਟ ਵਾਟ ਲਾ ਕੇ ਗੰਦ ਨਹੀਂ ਪਾਉਣਾ ਤੁਹਾਨੂੰ ਪਤਾ ਨਾਲ ਦੀਆਂ ਫਿਰ ਹੂਵਰ ਲਵਾਉਂਦੀਆਂ ਵੀ ਹੂਵਰ ਲਾਓ ਆਪ ਆਪ ਨਹੀਂ ਕਹਿਣਾ ਹੈਗਾ ਵੀ ਮੈਂ ਸਾਫ਼ ਸਫਾਈ ਕਰਨੀ ਆ ਜੀ ਨੇ ਕਹਿਣਾ ਤੂੰ ਸਾਫ਼ ਸਫਾਈ ਕਰ ਤੁਸੀਂ ਗੰਦ ਪਾਇਆ ਸੋ ਆ ਜਾਓ ਦਿਖਾਉਂਦੇ ਹਾਂ ਤੁਹਾਨੂੰ ਮਾੜਾ ਜਿਹਾ ਕੀ ਮੋਡ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਸੁਣ ਗੀਤ ਸੁਣਾਉਣਾ ਸੀ ਮਾੜਾ ਜਿਹਾ ਮੈਂ ਤਾਂ ਕਰਕੇ ਇੱਧਰ ਚਲਾ ਰਿਹਾ ਥੋੜ੍ਹਾ ਜਿਹਾ ਦੇ ਮੈਨੂੰ ਥੋੜ੍ਹਾ ਜਿਹਾ ਬਾਹਲਾ ਸਿਖਰਾ ਲੱਗਦਾ ਗੀਤ ਯਾਰ ਆ ਜਾਓ ਹੁਣ ਲੈ ਯਾਰ ਬੰਦ ਕਰ ਦਈਏ ਐਵੇਂ ਕੋਈ ਫਾਇਦਾ ਨਹੀਂ ਹੈਗਾ ਬਾਹਲਾ ਗੀਤ ਗੂਤ ਸੁਣਿਆ ਦਾ ਆ ਜਾਓ ਤੁਹਾਨੂੰ ਉੱਪਰ ਦਿਖਾਉਣਾ ਕੀ ਕੁਛ ਹੈ ਨਾ ਆ ਗਿਆ ਆਪਣਾ ਉੱਦਾਂ ਬੈਠਣ ਵਾਲਾ ਹੈ ਨਾ ਜਿਵੇਂ ਰੋਟੀ ਰੋਟੀ ਖਾਣੀ ਆਪਾਂ ਨੇ ਕੀ ਕਰਨਾ ਕਿੱਦਾਂ ਨਹੀਂ ਹੈਗਾ ਆਪਾਂ ਇਹ ਹੁਣੀ ਲੈ ਕੇ ਆਉਂਦਾ ਹੈਗਾ ਕੱਲ੍ਹ 200 ਪਾਉਂਡ ਦਾ ਲਿਆਉਂਦਾ ਹੈਗਾ ਬਾਹਲਾ ਮਹਿੰਗਾ ਨਹੀਂ ਹੈਗਾ ਬਹੁਤ ਸੋਹਣਾ ਹੈਗਾ ਮਤਲਬ ਕਿ ਸਾਰਾ ਕੁਛ ਹੈ ਨਾ ਦੇਖ ਲਓ ਕਿੱਦਾਂ ਦਾ ਆਪਾਂ ਨੇ ਰੱਗ ਲਿਆ ਕੇ ਵਿਛਾਈ ਆ ਬਹੁਤ ਮਤਲਬ ਕਿ ਆਪਾਂ ਚਿੱਲ ਕਰੀਦਾ ਨਹੀਂ ਹੈਗਾ ਵੀ ਬੈੱਡ ਤੇ ਪੈਣ ਵਾਲਾ ਤਾਂ ਕੰਮ ਨਹੀਂ ਆਪਣਾ ਤਾਂ ਲਈ ਸੌਂਦਾ ਸਾਰੀ ਜਿਹੜੀ ਆਪਾਂ ਹੈ ਹੀ ਨਾ ਆਪਾਂ ਨਹੀਂ ਸੌਂਦੇ ਬੈੱਡਾਂ ਬੁੱਡਾਂ ਦੇ ਆ ਜਾਓ ਆਪਾਂ ਕਿਚਨ ਦਿਖਾਉਂਦੇ ਹਾਂ ਤੁਹਾਨੂੰ ਚਾਹ ਬਣਾਈ ਸੀ ਭਾਂਡੇ ਆਪਾਂ ਕੱਲ ਨੂੰ ਧੋਵਾਂਗੇ ਅੱਜ ਨਹੀਂ ਧੋਣੇ ਆ ਕਿਚਨ ਆ ਗਈ ਆਪਣੀ ਛੋਟੀ ਜੀ ਠੀਕ ਆ ਐਸੇ ਭਰਾਵਾ ਕੀ ਬਣਾਈ ਦਾ ਪਾਉਣ ਮੈਂ ਤੁਹਾਨੂੰ ਕਿਉਂ ਦੱਸਾਂ ਵੀ ਕਿੱਦਾਂ ਬਣਾਈ ਦਾ ਕਿੱਥੇ ਬਣਾਈ ਦਾ ਕਿਉਂ ਬਣਾਈ ਦਾ ਕਿਵੇਂ ਬਣਾਈ ਦਾ ਹੈ ਨਾ ਖੋਲ੍ਹ ਕੇ ਚੀਜ਼ਾਂ ਰੱਖੋ ਵਿੱਚ ਠੰਡੀਆਂ ਫਰਿੱਜ ਵਿੱਚੋਂ ਕੱਢ ਕੇ ਰੱਖ ਦਿਉ ਔਨ ਕਰ ਦਿਉ ਟਾਈਮਿੰਗ 'ਤੇ ਲਾ ਦਿਉ ਉਦੋਂ ਬਾਅਦ ਗਰਮ ਹੋਣਗੀਆਂ ਖਤਰਨਾਕ ਗਰਮ ਹੋਣਗੀਆਂ ਇਹੋ ਜਿਹੀਆਂ ਗਰਮ ਹੋਣਗੀਆਂ ਨਾ ਉਦੋਂ ਖਾਧੀਆਂ ਨਹੀਂ ਜਾਣੀਆਂ ਤੱਤੀਆਂ ਤੱਤੀਆਂ ਹੋ ਜਾਣੀਆਂ ਗੜ੍ਹ ਦੇਖਣਾ ਗੜ੍ਹ ਜਿਹੜਾ ਬਾਅਦ ਚੀਜ਼ ਖਾਣਾ ਮੇਰੇ ਸ਼ੂ ਨਹੀਂ ਪਾਏ ਹੈ ਨਾ ਉਹਨੂੰ ਉੱਪਰ ਲੈ ਕੇ ਚੱਲਦੇ ਹਾਂ ਉੱਪਰ ਦੇਖਿਓ ਆ ਉੱਦਾਂ ਆ ਗਿਆ ਆਪਣਾ ਮਤਲਬ ਸਟੋਰ ਰੂਮ ਆ ਜਿੱਦਾਂ ਵੀ ਹੈ ਨਾ ਇਲੈਕਟ੍ਰੀਸਿਟੀ ਦਾ ਹੋ ਗਿਆ ਜਿਵੇਂ ਹੋ ਗਿਆ ਨਾ ਇੱਥੇ ਸਾਰਾ ਕੁਝ ਲੱਗਾ ਹੁੰਦਾ ਹੈਗਾ ਜਿਵੇਂ ਮੀਟਰ ਹੋ ਗਿਆ ਨਾ ਆਪਣਾ ਸਾਰਾ ਇੱਥੇ ਥੋੜ੍ਹਾ ਮੋਟਾ ਸਮਾਨ ਸਮੂਨ ਰੱਖਣਾ ਹੋਵੇ ਉਹ ਚੀਜ਼ਾਂ ਨੇ ਆ ਜਾਓ ਉੱਪਰ ਨਿਆਣੇ ਨੇ ਬੜਾ ਖਲਾਰਾ ਪਾ ਕੇ ਰੱਖਿਆ ਨੀਚੇ ਅੱਛਾ ਆਹ ਰੂਮ ਆ ਗਿਆ ਮੇਰਾ ਇੱਥੇ ਮੈਂ ਸੌਣਾ ਆਹ ਮੇਰਾ ਹੈਗਾ ਬੈੱਡ ਜਿਹਦੇ ਮੈਂ ਸੌਣਾ ਹੁੰਦਾ ਮਜ਼ਾਕ ਕਰਨਾ ਉੱਦਾਂ ਹੈਗਾ ਯਾਰ ਸਮਾਨ ਸਮੂਨ ਰੱਖਣ ਨੂੰ ਕੱਪੜੇ ਕੁੱਪੜੇ ਰੱਖਣ ਨੂੰ ਹਨਾ ਕਿੱਦਾਂ ਛੋਟਾ ਰੂਮ ਸਭ ਤੋਂ ਇਹਨੂੰ ਬਾਕਸ ਰੂਮ ਕਹਿੰਦੇ ਨੇ ਇੱਥੇ ਕਿਉਂਕਿ ਉੱਦਾਂ ਥੋੜ੍ਹੇ ਬਾਕਸ ਰੂਮ ਇਹਦੇ ਵੱਡੇ ਹੁੰਦੇ ਨੇ ਇਹ ਉੱਦਾਂ ਕਹਿੰਦੇ ਆਹ ਰੂਮ ਮੇਰਾ ਚਿਲਿੰਗ ਮੋਡ ਆਹ ਨਵਾਰੀ ਮੇਰੀ ਆਹ ਚੀਜ਼ਾਂ ਨਾ ਆਹ ਮੇਰੀਆਂ ਆਹ ਨਹੀਂ ਮੇਰਾ ਹੈਗਾ ਬਾਕੀ ਚੀਜ਼ਾਂ ਮੇਰੀਆਂ ਨੇ ਆਹ ਆਪਣਾ ਬੈੱਡ ਆ ਗਿਆ ਦੇਖ ਲਓ ਰੂਮ ਹਨਾ ਸਾਰੇ ਪੁੱਛਦੇ ਸੀ ਨਾ ਵੀ ਕਿੱਦਾਂ ਦੇ ਰੂਮ ਹੁੰਦੇ ਨੇ ਕਿੱਡੇ ਰੂਮ ਹੁੰਦੇ ਨੇ ਆਹ ਨੋਰਮਲ ਸਾਈਜ਼ ਰੂਮ ਆਪਣਾ ਹਨਾ ਜੇ ਐਡਾ ਰੂਮ ਘੱਟੋ ਘੱਟ ਹੋਣਾ ਚਾਹੀਦਾ ਇਹਦਾ 200-250 ਪਾਉਂਡ ਰੈਂਟ ਘੱਟੋ 250-250 ਪਾਉਂਡ ਰੈਂਟ ਜਾਇਜ਼ ਜ਼ਿਆਦਾ ਹਨਾ ਐਡੇ ਰੂਮ ਦਾ ਇੱਥੇ ਨੋਰਮਲੀ ਜੇ ਇਹੀ ਰੂਮ ਤੁਸੀਂ ਲੰਡਨ 'ਚ ਨਹੀਂ ਲੈਣਾ ਕਿਸੇ ਸਕੋਟਲੈਂਡ ਹੋ ਗਿਆ ਵੇਲਸ ਹੋ ਗਿਆ ਆਕਸਫੋਰਡ ਹੋ ਗਿਆ ਇਹਨਾਂ ਏਰੀਆ ਦੇ ਵਿੱਚ ਨਾ ਇਹ ਵੁੱਡ ਬੀ ਸਟਾਰਟਿੰਗ ਫਰੋਮ 300 ਪੈਂਡ ਹੈ ਨਾ ਉੱਥੇ ਇਹਨਾਂ ਏਰੀਆ ਦੇ ਵਿੱਚ ਪਰ ਜਿੱਧਰ ਅਸੀਂ ਰਹਿੰਦੇ ਹਾਂ ਇੱਧਰ ਥੋੜ੍ਹਾ ਸਸਤਾ ਹੈਗਾ ਅਤੇ ਨਾਲ ਅਲੱਗ ਮਾ ਰੂਮ ਵੀ ਵਧੀਆ ਹੈਗਾ ਸਾਫ਼ ਹੈਗਾ ਆਹ ਰੂਮ ਹਲੇ ਰੈਡੀ ਨਹੀਂ ਕੀਤਾ ਹੈਗਾ ਉੱਦਾਂ ਆਹ ਰੂਮ ਉੱਦਾਂ ਰੱਖਿਆ ਹੋਇਆ ਹੈਗਾ ਵੀ ਚਲੋ ਕੋਈ ਆ ਗਿਆ ਜਿਵੇਂ ਹੁਣ ਮੁੰਡੇ ਕੁੜੀਆਂ ਆ ਰਹੇ ਨੇ ਆਪਾਂ ਟਰਾਈ ਕਰੀਦਾ ਵੀ ਜੇ ਕੋਈ ਆਉਂਦਾ ਯਾਰ ਹੈ ਨਾ ਹੈਲਪ ਹੋ ਜਾਵੇ ਸਾਰਿਆਂ ਦੀ ਅਤੇ ਜਿਹੜਾ ਆਪਣਾ ਦੂਜਾ ਘਰ ਹੈਗਾ ਗਾ ਉੱਥੇ ਸਾਰੇ ਜਿਹਨਾਂ ਨਾਲ ਮਤਲਬ ਕਿ ਆਪਾਂ ਪਰਸਨਲੀ ਜਿੱਥੇ ਮੈਂ ਪ੍ਰੋਪਰਲੀ ਰਹਿਣਾ ਗਾ ਉੱਥੇ ਕਾਫੀ ਜਾਣੇ ਰਹਿ ਰਹੇ ਨੇ ਮੁੰਡੇ ਜਿਹੜੇ ਆਏ ਹੋਏ ਨੇ ਹੈ ਨਾ ਮੁੰਡੇ ਕੁੜੀਆਂ ਨਹੀਂ ਹੈਗੀਆਂ ਉਹਨਾਂ ਦੇ ਵਿੱਚ ਮੁੰਡੇ ਨੇ ਸਾਰੇ ਇਹਨਾਂ ਕੁੜੀਆਂ ਜਿਹੜੀਆਂ ਹੈਗੀਆਂ ਆਪਾਂ ਦੋ ਆਪਣੇ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਰਖਾਤਾ ਸੀ ਉਹਨਾਂ ਨੂੰ ਵੀ ਚਲੋ ਜਿੰਨਾ ਟਾਈਮ ਇਹਨਾਂ ਦੀ ਸੈਟਿੰਗ ਨਹੀਂ ਹੁੰਦੀ ਨਾ ਉਨਾ ਟਾਈਮ ਤੁਸੀਂ ਰੱਖ ਲਓ ਉਹਨਾਂ ਦਾ ਵੀ ਵਿਚਾਰੀਆਂ ਦਾ ਕੁਛ ਹੋ ਜੂਗਾ ਕੰਮ ਕੁੰਮ ਮਿਲ ਗਿਆ ਥੋੜ੍ਹਾ ਟਾਈਮ ਹੈ ਨਾ ਉਨਾ ਕੁ ਟਾਈਮ ਕਰ ਸਕਦੇ ਵੀ ਜਿੰਨਾ ਟਾਈਮ ਕੰਮ 'ਤੇ ਨਹੀਂ ਲੱਗਦੀ ਆਪਾਂ ਵੀ ਨਹੀਂ ਚਾਹੁੰਦੇ ਵੀ ਰੈਂਟ ਰੁੰਟ ਦੇਣ ਹੈ ਨਾ ਵੀ ਥੋੜ੍ਹੀ ਜਿਹੀ ਸੈਟਿੰਗ ਹੋ ਜੂ ਉਹਨਾਂ ਦੀ ਅਤੇ ਮੁੰਡਿਆਂ ਨੂੰ ਤਾਂ ਆਪਾਂ ਭਰਾਵਾ ਲੈਣਾ ਰੈਂਟ ਨਾ ਕੋਈ ਡਾਊਟ ਨਹੀਂ ਮੁੰਡਿਆਂ ਦਾ ਕੁਛ ਨਹੀਂ ਭਰਾਵਾ ਮੁੰਡੇ ਨੂੰ ਪੇ ਕਰਨਾ ਪੈਣਾ ਮੁੰਡੇ ਕੰਮ ਕਰ ਸਕਦੇ ਘਰ ਕੁੜੀਆਂ ਵੀ ਸਕਦੀਆਂ ਪਰ ਕੁੜੀਆਂ ਲਈ ਆਪਾਂ ਥੋੜ੍ਹਾ ਚਾਹੁੰਦੇ ਨਹੀਂ ਥੋੜ੍ਹਾ ਜਿਹਾ ਹਾਰਡ ਹੋ ਗਿਆ ਨਾ
ਪਰ ਆਪਾਂ ਕੁੜੀ ਵਾਲੀ ਫ੍ਰੀ ਰੱਖਿਆ ਹੋਇਆ ਉਹਨਾਂ ਨੂੰ ਦੋਨਾਂ ਭੈਣਾਂ ਨੂੰ ਵੀ ਭੈਣੇ ਕੋਈ ਨਾ ਫ੍ਰੀ ਰਹੋ ਜਿੰਨਾ ਟਾਈਮ ਤੁਹਾਡੇ ਕੋਲ ਨਹੀਂ ਹੈਗਾ ਨਾ ਆਪਣੇ ਰਿਸ਼ਤੇਦਾਰ ਹੈਗੇ ਉੱਥੇ ਰਹੋ ਤੁਸੀਂ ਪਰ ਮੁੰਡੇ ਉਹਨਾਂ ਦਾ ਵੀ ਕੋਈ ਹੈਗਾ ਨਹੀਂ ਯਾਰ ਮੁੰਡੇ ਨੇ ਸੱਚੀ ਰੈਂਟ ਦਿੱਤਾ ਆ ਕੇ ਪਰ ਜਿੰਨਾ ਕੁ ਹੈਗਾ ਗਾ ਇੱਕ ਚੀਜ਼ ਹੈਗੀ ਜ਼ਰੂਰ ਉਹਨਾਂ ਨੂੰ ਏਅਰਪੋਰਟ ਤੋਂ ਲਿਆਂਦਾ ਖਵਾਇਆ ਪਿਆ ਜਿੰਨਾ ਕੁ ਵੀ ਹੈ ਨਾ ਮਾੜਾ ਮੋਟਾ ਉਹਨਾਂ ਨੇ ਵਿਚਾਰਿਆਂ ਨੇ ਕਦੇ ਇੱਦਾਂ ਨਹੀਂ ਕਿਹਾ ਹੈਗਾ ਵੀ ਹਾਂ ਠੀਕ ਆ ਭਾਅ ਜੀ ਯਾਰ ਜਿੱਦਾਂ ਵੀ ਉਹ ਵੀ ਆਪ ਹੀ ਕਰਦੇ ਰਹਿੰਦੇ ਵਿੱਚ ਚੀਜ਼ਾਂ ਹੈ ਨਾ ਵੀ ਭਾਅ ਜੀ ਚੱਲ ਅਸੀਂ ਪੇ ਕਰ ਦੇਣਾ ਠੀਕ ਆ ਪਰ ਉੱਦਾਂ ਮੈਂ ਤੁਹਾਨੂੰ ਜਿੰਨਾ ਕੁ ਦੱਸਣਾ ਦੀ ਪਰ ਬਾਹਲੀ ਇਨਫੋਰਮੇਸ਼ਨ ਨਹੀਂ ਚਾਹੁੰਦਾ ਵੀ ਹਰ ਇੱਕ ਬੰਦੇ ਬਾਰੇ ਸ਼ੇਅਰ ਕੀਤਾ ਜਾਵੇ ਉੱਦਾਂ ਮੇਰੀਆਂ ਹਰ ਇੱਕ ਬੰਦੇ ਦੀ ਮੇਰੇ ਕੋਲ ਵੀਡੀਓ ਪਈ ਆ ਜਿਹਨੂੰ ਆਪਾਂ ਲੈ ਕੇ ਆਏ ਏਅਰਪੋਰਟ ਤੋਂ ਨਾ ਕੋਈ ਚਾਹੁੰਦਾ ਕਈ ਕਹਿੰਦੇ ਨੇ ਵੀ ਹਾਂ ਗੱਲਾਂ ਕਰੀ ਜਾਂਦੇ ਹੈਲਪ ਨਹੀਂ ਕਰਦੇ ਜ਼ਰੂਰ ਕਰਾਂਗੇ ਹਰ ਇੱਕ ਦੀ ਕਰਾਂਗੇ ਰੂਮ ਪਿਆ ਵਾਧੂ ਜਿਹੜੇ ਬੰਦੇ ਨੇ ਆਉਣਾ ਇੱਥੇ ਆ ਕੇ ਸੌਂਗੇ ਮੈਂ ਰੈਡੀ ਕਰਕੇ ਰੱਖੂੰਗਾ ਹੁਣ ਇੱਦਾਂ ਨਹੀਂ ਵੀ ਇੱਦਾਂ ਹੀ ਬੈਡ 'ਤੇ ਪਾ ਦੇਣਾ ਅੱਧੇ ਬੈਡ 'ਤੇ ਗੱਦਾ ਲਗਾ ਅੱਧੇ 'ਤੇ ਖਾਲੀ ਹੈ ਨਹੀਂ ਯਾਰ ਇੱਦਾਂ ਨਹੀਂ ਆਹ ਅਲਮਾਰੀ ਲਿਆ ਕੇ ਲਾਈਏ ਆਪਾਂ ਕੱਲ੍ਹ ਠੀਕ ਆ ਸਾਰੀ ਨਹੀਂ ਦਿਖਾਉਣੀ ਅੰਦਰੋਂ ਕੱਪੜੇ ਪਏ ਉਹਦੇ 'ਚ ਆਇਆ ਉੱਧਰ ਦਿਖਾਉਣਾ ਛੁੱਟ ਮੈਂ ਆਹ ਆਪਣਾ ਮਤਲਬ ਕਿ ਬਾਥਰੂਮ ਆ ਦੇਖ ਲਓ ਬਾਹਲਾ ਵੱਡਾ ਨਹੀਂ ਬਣਾਇਆ ਹੈਗਾ ਮਤਲਬ ਕਿ ਠੀਕ ਆ ਕਿਉਂਕਿ ਜਿੱਦਾਂ ਦੇ ਘਰ ਦੇ ਸਾਈਜ਼ ਹੁੰਦੇ ਆ ਨਾ ਇੱਥੇ ਉਸ ਹਿਸਾਬ ਦੇ ਨਾਲ ਤੁਹਾਨੂੰ ਅਰੇਂਜ ਕਰਨਾ ਪੈਂਦਾ ਹੈਗਾ ਵੀ ਬਾਥਰੂਮ ਤੁਸੀਂ ਆਪਣੇ ਅਕੋਰਡਿੰਗ ਆ ਤੁਸੀਂ ਵੱਡਾ ਵੀ ਬਣਾ ਸਕਦੇ ਹੋ ਅਤੇ ਜ਼ਿਆਦਾ ਵੀ ਕਰ ਸਕਦੇ ਹੋ ਹੁਣ ਥੋੜ੍ਹੇ ਟਾਈਮ ਤੱਕ ਨਾ ਆਪਾਂ ਥੱਲੇ ਜਿਹੜਾ ਘਰ ਹੈਗਾ ਉਹਨੂੰ ਆਪਾਂ ਕਿਚਨ ਨੂੰ ਵੀ ਐਕਸਟੈਂਸ਼ਨ ਕਰਾਵਾਂਗੇ ਐਕਸਟੈਂਸ਼ਨ ਦਾ ਮਤਲਬ ਆਪਾਂ ਨਾ ਜਿਹੜਾ ਕਿਚਨ ਉਹਨੂੰ ਵੱਡੀ ਕਰਾਂਗੇ ਅਤੇ ਆਹ ਬਾਥਰੂਮ ਆ ਇਹਨੂੰ ਵੀ ਬਾਹਰ ਨੂੰ ਵੱਡਾ ਕਰਾਂਗੇ ਰੂਮ ਨੇ ਸਾਰੇ ਰੂਮ ਵੀ ਵੱਡੇ ਕਰਾਂਗੇ ਟਰਾਈ ਕਰਨਾ ਹੈਗਾ ਵੀ ਜਿੰਨਾ ਕੁ ਸਹੀ ਹੋ ਜਾਏ ਹੈ ਨਾ ਬਾਕੀ ਰਹੀ ਗੱਲ ਤੁਹਾਨੂੰ ਗਾਰਡਨ ਦਿਖਾਉਣ ਦੀ ਮੈਂ ਦੇਖ ਮੈਂ ਟਰਾਈ ਕਰਦਾ ਜੀ ਆਪਾਂ ਇੱਥੋਂ ਹੀ ਦੇਖ ਸਕਦੇ ਦੇਖ ਲਓ ਆਗੇ ਹੈ ਨਾ ਆਪਣੇ ਗਾਰਡਨ ਮਤਲਬ ਕਿ ਜੇ ਆਪਾਂ ਹੁਣ ਆਹ ਚੀਜ਼ ਇੱਥੇ ਤੱਕ ਆਪਾਂ ਬਣਾਇਆ ਨਹੀਂ ਹੋਇਆ ਘਰ ਹੈ ਨਾ ਆਹ ਚੀਜ਼ ਆ ਕਾਫੀ ਇਹ ਮਤਲਬ ਦੋ ਰੂਮ ਥੱਲੇ ਹੋਰ ਬਣ ਜਾਣਗੇ ਅਤੇ ਦੋ ਤਿੰਨ ਰੂਮ ਉਹ ਅੱਗੇ ਬਣ ਜਾਣਗੇ ਹੈ ਨਾ ਇੰਨਾ ਕਰ ਸਕਦੇ ਹਾਂ ਆਪਾਂ ਹਾਲੇ ਆਪਾਂ ਥੋੜ੍ਹੇ ਟਾਈਮ ਤੱਕ ਚਾਰ ਪੈਸੇ ਇਕੱਠੇ ਕਰਕੇ ਐਕਸਟੈਂਸ਼ਨ ਕਰਾਵਾਂਗੇ ਅਤੇ ਬਹੁਤ ਵਧੀਆ ਬਣਾਵਾਂਗੇ ਉਦੋਂ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦਾ ਬਣਿਆ ਕਿੱਦਾਂ ਦਾ ਨਹੀਂ ਬਣਿਆ ਹਾਲੇ ਇੱਥੇ ਮੈਂ ਅਤੇ ਮੇਰਾ ਫਰੈਂਡ ਹੀ ਰਹਿ ਰਹੇ ਹਾਂਗੇ ਹੋਰ ਕੋਈ ਬਾਹਲੇ ਜਾਣੇ ਨਹੀਂ ਹੈਗੇ ਅਤੇ ਫਰੈਂਡ ਮੇਰਾ ਰਹਿ ਰਿਹਾ ਮੇਰਾ ਫਰੈਂਡ ਕਿਹੜਾ ਰਹਿ ਰਿਹਾ ਤੂੰ ਦਿਖਾ ਦੇ ਵੀਰੇ ਮੂੰਹ ਕਿਤੇ ਕੱਲ੍ਹ ਲੋਕੀ ਕਹੀ ਜਾਣਾ ਵੀ ਕੋਈ ਹੋਰ ਹੀ ਫਰੈਂਡ ਰਹਿ ਰਿਹਾ ਮੂੰਹ ਦਿਖਾ ਪਾਈ ਹੁਣ ਕਿਆ ਆਹ ਮੇਰਾ ਫਰੈਂਡ ਰਹਿ ਰਿਹਾ ਇੱਥੇ ਸਤਿ ਸ਼੍ਰੀ ਅਕਾਲ ਜੀ ਅਸੀਂ ਦੋਨੇ ਜਣੇ ਇਕੱਠੇ ਰਹਿੰਦੇ ਪਏ ਹਾਂ ਇੱਥੇ ਤਾਂ ਇਕੱਠੇ ਇੰਜੋਏ ਕਰਦੇ ਹਾਂ ਸ਼ੁਰੂ ਤੋਂ ਇਕੱਠੇ ਰਹੇ ਹਾਂ ਲਗੋਟੀਏ ਫਰੈਂਡ ਆ ਜਿਹੜੇ ਕੱਚੇ ਵਾਲੇ ਫਰੈਂਡ ਆ ਅਸੀਂ ਪਹਿਲੇ ਦਿਨ ਤੋਂ ਇਕੱਠੇ ਰਹਿ ਰਹੇ ਹਾਂ ਮੇਰਾ ਵੀ ਹੈ ਨਾ ਜਿੱਦੇ ਦੇ ਇੱਥੇ ਆਏ ਹਾਂ ਨਾ ਉਸ ਦਿਨ ਤੋਂ ਇਕੱਠੇ ਰਹਿ ਰਹੇ ਹਾਂ ਕੋਈ ਇੱਦਾਂ ਦਾ ਨਹੀਂ ਹੈਗਾ ਵੀ ਕੀ ਹਿਸਾਬ ਕਿਤਾਬ ਆ ਬਹੁਤ ਜਾਣਿਆਂ ਦੀ ਮਤਲਬ ਕਿ ਲੋਕੀ ਆਏ ਨੇ ਜਿਨ੍ਹਾਂ ਨੇ ਹੈ ਨਾ ਸਾਡੀ ਨਹੀਂ ਯਾਰ ਆ ਕਿਸੇ ਨੇ ਹੈਲਪ ਕਰੀ ਹੈ ਨਾ ਐਵੇਂ ਤੁਹਾਨੂੰ ਕਹੀ ਜਾਈਏ ਵੀ ਹਾਂ ਸਾਡੀ ਇਹਨੇ ਹੈਲਪ ਕਰੀ ਇੱਕ ਬੰਦੇ ਨੇ ਕੀਤੀ ਆ ਉਹ ਸਾਡੇ ਯਾਦ ਆ ਉਹ ਬੰਦਾ ਉਹ ਮੈਂ ਉਹਨੂੰ ਸਾਰੀ ਉਮਰ ਨਹੀਂ ਭੁੱਲਦਾ ਜਿਹਨੇ ਸਾਡੀ ਹੈਲਪ ਕੀਤੀ ਆ ਉਹ ਬੰਦਾ ਮੇਰੇ ਨਾਲ ਸਟੈਂਡ ਲੈ ਕੇ ਖੜਿਆ ਅਸੀਂ ਬਿਮਾਰ ਵੀ ਪਏ ਸੀਗੇ ਚੱਲ ਠੀਕ ਆ ਉਹ ਬੰਦਾ ਸਾਨੂੰ ਇਹੋ ਜਿਹੇ ਤਾਮੋ ਕੱਢ ਕੇ ਲੈ ਕੇ ਆਇਆ ਸੀਗਾ ਵੀ ਉਹਨੂੰ ਨਹੀਂ ਭੁੱਲ ਸਕਦੇ ਉਹ ਚੀਜ਼ਾਂ ਯਾਦ ਕਰਕੇ ਸਾਡਾ ਜੀ ਕਰਦਾ ਵੀ ਚੱਲ ਹੈਲਪ ਕਰਦੀ ਜਿੰਨੀ ਕੁ ਹੋ ਸਕਦੀ ਹੈ ਨਾ ਅਤੇ ਹਰ ਇੱਕ ਨੂੰ ਇੰਨਾ ਕਾ ਚੈਨਲ ਸਬਸਕ੍ਰਾਈਬ ਕਰ ਦਿਓ ਸਾਰੇ ਜਾਣੇ ਹੈ ਨਾ ਵੀਡੀਓ ਦੇਖਣ ਦੇ ਲਈ ਹੋਰ ਜਿਹੜੀਆਂ ਨਵੀਆਂ ਆ ਰਹੀਆਂ ਨੇ ਮੇਰਾ ਨਵੀਂ ਨਵੀਂ ਇਨਫੋਰਮੇਸ਼ਨ ਚਾਹੀਦੀ ਆ ਕਿਸੇ ਨੂੰ ਹੈ ਨਾ ਜੋ ਵੀ ਪੁੱਛ ਰਹੇ ਨੇ ਟਰੱਕ ਪਾਸ ਕਰਨਾ ਜੋ ਪੁੱਛ ਰਹੇ ਨੇ ਵੀ ਹਾਂਜੀ ਇੱਥੋਂ ਕੈਨੇਡਾ ਮੂਵ ਹੋ ਸਕਦੇ ਹਾਂ ਆਸਟ੍ਰੇਲੀਆ ਮੂਵ ਹੋ ਸਕਦੇ ਹਾਂ ਜਿੱਦਾਂ ਵੀ ਹੈ ਨਾ ਜੋ ਵੀ ਇਨਫੋਰਮੇਸ਼ਨ ਚਾਹੀਦੀ ਆ ਵੀ ਵਿਲ ਟਰਾਈ ਆਰ ਬੈਸਟ ਹੈ ਨਾ ਮੈਂ ਜਿੰਨਾ ਵੀ ਹੋ ਸਕਿਆ ਆਪਣਾ ਫਾਇੰਡ ਆਊਟ ਕਰਕੇ ਜ਼ਰੂਰ ਕਹੂੰਗਾ ਅਤੇ ਜਦੋਂ ਹੈ ਨਾ ਇੱਕ ਚੀਜ਼ ਜ਼ਰੂਰ ਦੇਖਿਆ ਕਰੋ ਕਮੈਂਟ ਦੇ ਵਿੱਚ ਕਰ ਜਦੋਂ ਲੋਕ ਪੁੱਛਦੇ ਆ ਵੀ ਹਾਂਜੀ ਆਹ ਯੂਨੀਕ ਹੀ ਜਾ ਰਿਹਾ ਉਹ ਪਲੀਜ਼ ਕਮੈਂਟ ਰੀਡ ਕਰ ਲਿਆ ਕਰੋ ਜਦੋਂ ਕੋਈ ਸੇਮ ਯੂਨੀ ਜਾਂਦੇ ਹੋ ਨਾ ਤੁਸੀਂ ਇੱਕ ਦੂਜੇ ਨੂੰ ਮੈਸੇਜ ਕਰ ਲਿਓ ਉਹਦੇ ਨਾਲ ਤੁਹਾਡੀ ਸਪੋਰਟ ਹੋ ਜਾਣੀ ਆ ਇੱਕ ਦੂਜੇ ਦੀ ਹੈ ਨਾ ਜਦੋਂ ਤੁਸੀਂ ਸੇਮ ਯੂਨੀ ਜਾਂਦੇ ਹੋ ਇਹ ਨਹੀਂ ਤੁਹਾਨੂੰ ਇੱਕ ਇੱਕ ਬੰਦੇ ਨੂੰ ਸਟਰਗਲ ਕਰਨੀ ਪੈਣੀ ਆ ਕਿੱਥੇ ਤੁਸੀਂ ਮੈਸੇਜ ਦੇ ਉੱਥੇ ਕਮੈਂਟ ਦੇ ਵਿੱਚ ਜਾ ਕੇ ਉਹ ਦੇਖ ਸਕਦੇ ਹੋ ਕਮੈਂਟ ਦੇ ਵਿੱਚ ਜਾ ਕੇ ਕਮੈਂਟ ਕਰੋ ਵੀ ਹਾਂ ਆਹ ਯੂਨੀ ਸੇਮ ਬੰਦਾ ਜਾ ਰਿਹਾ ਤੁਸੀਂ ਉਹ ਬੰਦੇ ਨੂੰ ਮੈਸੇਜ ਕਰੋ ਆਪਣਾ ਨੰਬਰ ਸਵਾਪ ਕਰ ਲਓ ਅਤੇ ਉਹਦੇ ਨਾਲ ਤੁਹਾਡੀ ਹੈਲਪ ਹੋ ਜਾਣੀ ਆ ਐਨੀਵੇ ਚੈਨਲ ਸਬਸਕ੍ਰਾਈਬ ਕਰ ਦਿਓ ਹੋਰ ਵੀਡੀਓ ਨਵੀਆਂ ਨਵੀਆਂ ਆ ਰਹੀਆਂ ਨੇ ਕੋਈ ਵੀ ਬੰਦਾ ਕੋਈ ਵੀ ਫੇਕ ਚੀਜ਼ ਕਰ ਰਿਹਾ ਹੈਗਾ ਆਪਾਂ ਖੜੇ ਹਾਂ ਤੁਹਾਡੇ ਨਾਲ ਕਿਸੇ ਨੂੰ ਧੋਖਾ ਨਹੀਂ ਖਾਣ ਦੇ ਆਪਾਂ ਜਿੰਨਾ ਟਾਈਮ ਹੈਗਾ ਥੈਂਕ ਯੂ ਸਾਰਿਆਂ ਦਾ